ਸਤਿ ਸ਼੍ਰੀ ਅਕਾਲ ਦੋਸਤੋ, ਹਨੀ ਵਾਲੇ ਸ਼ੋਅਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿੱਦਾਂ ਸਾਡੇ ਸ਼ੋਅਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਰੋਜ਼ਾਨਾ, ਅਸੀਂ ਤੁਹਾਡੇ ਨਾਲ ਅਲੱਗ ਅਲੱਗ ਟਾਈਮ ਦੇ ਉੱਤੇ ਆ ਕੇ ਤੁਹਾਡੇ ਰੂਬਰੂ ਹੁੰਦੇ ਹਾਂ। ਅਸੀਂ ਫੇਸਬੁੱਕ ਅਤੇ ਯੂਟਿਊਬ, ਉਸ ਤੋਂ ਇਲਾਵਾ ਇੰਸਟਾ ਦੇ ਉੱਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ, ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਕਿ ਅਸੀਂ ਰੋਜ਼ਾਨਾ ਜੋ ਵੀ ਅਪਡੇਟਸ ਲੈ ਕੇ ਆਉਂਦੇ ਹਾਂ, ਸਾਡੇ ਐਕਸਪਰਟਸ ਤੁਹਾਡੇ ਰੂਬਰੂ ਆਉਂਦੇ ਨੇ ਕਿਸੇ ਵੀ ਫੀਲਡ ਨੂੰ ਲੈ ਕੇ, ਚਾਹੇ ਆਪਾਂ ਗੱਲ ਕਰਦੇ ਹਾਂ ਰੀਅਲ ਸਟੇਟ ਦੀ ਗੱਲ ਕਰ ਲਈਏ, ਇਮੀਗ੍ਰੇਸ਼ਨ ਇੰਡਸਟਰੀ ਦੀ ਗੱਲ ਕਰ ਲਈਏ, ਅਕਾਊਂਟਿੰਗ ਨੂੰ ਲੈ ਕੇ ਗੱਲ ਕਰ ਲਈਏ, ਤੁਹਾਡੇ ਇੰਟੀਰੀਅਰ ਡੈਕੋਰੇਸ਼ਨ ਦੀ ਗੱਲ ਕਰ ਲਈਏ, ਇੰਸ਼ੋਰੈਂਸ ਦੀ ਗੱਲ ਕਰ ਲਈਏ, ਜਾਂ ਫਿਰ ਪੋਲੀਟੀਕਲੀ ਜੋ ਵੀ ਐਡਮਿੰਟਨ ਦੇ ਵਿੱਚ ਗੱਲਬਾਤ ਹੁੰਦੀ ਹੈ, ਹੈ ਨਾ, ਪੋਲੀਟਿਕਸ ਨੂੰ ਲੈ ਕੇ ਗੱਲਬਾਤ ਕਰ ਲਈਏ, ਜਾਂ ਹੈਲਥ ਕੇਅਰ ਨੂੰ ਲੈ ਕੇ ਡਾਕਟਰਸ ਦੀ ਗੱਲਬਾਤ ਕਰ ਲਈਏ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਇੱਕ ਉਹਨਾਂ ਮੁੱਦਿਆਂ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ, ਤੁਹਾਡੇ ਸਾਹਮਣੇ ਲਿਆਇਆ ਜਾਵੇ, ਤਾਂ ਕਿ ਉਸ ਤੋਂ ਬਾਅਦ ਕੁਛ ਜਿਹੜੇ ਸਾਡੇ ਹੈਗੇ ਨੇ ਇੱਥੇ, ਹੈ ਨਾ, ਸੋਸ਼ਲ ਵਰਕਰਸ ਦੀ ਗੱਲ ਕਰ ਲਈਏ, ਜਾਂ ਕਲਾਕਾਰਾਂ ਦੀ ਗੱਲ ਕਰ ਲਈਏ, ਸਿੰਗਰਸ ਦੀ ਗੱਲ ਕਰ ਲਈਏ, ਅਸੀਂ ਹਰ ਇੱਕ ਉਸ ਜਿਹੜਾ ਹੈਗਾ ਮੁੱਦੇ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਕਿ ਤੁਹਾਨੂੰ ਘਰੇ ਬੈਠੇ ਉੱਠਾ ਅਸੀਂ ਐਂਟਰਟੇਨ ਵੀ ਕਰ ਸਕੀਏ, ਅਸੀਂ ਤੁਹਾਨੂੰ ਇਨਫੋਰਮੇਸ਼ਨ ਵੀ ਦੇ ਸਕੀਏ। ਅੱਜ ਜਿੱਦਾਂ ਤੁਹਾਨੂੰ ਪਤਾ ਕਿ ਅੱਜ ਦਾ ਸਾਡਾ ਮੇਨ ਟੋਪਿਕ ਰਹੇਗਾ, ਜਿਵੇਂ ਕੋਵਿਡ-19 ਨੂੰ ਲੈ ਕੇ ਕਾਫੀ ਜ਼ਿਆਦਾ ਕੈਨੇਡਾ ਗੌਰਮੈਂਟ ਵੱਲੋਂ ਕਾਫੀ ਜ਼ਿਆਦਾ ਜਿਹੜੀਆਂ ਹੈਗੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਹੈਲਪ ਦਿੱਤੀ ਗਈ ਹੈ, ਜਿਵੇਂ ਅਕਾਊਂਟਿੰਗ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ CERB ਦੀ ਗੱਲ ਕਰ ਲਈਏ, ਜਾਂ ਕਿਸੇ ਬਿਜ਼ਨਸ ਨੂੰ ਲੈ ਕੇ ਉਹਨਾਂ ਨੂੰ ਹੈਲਪ ਕੀਤੀ ਗਈ ਹੈ, ਜਾਂ ਫਿਰ ਜਿਹੜੀ ਹੈਗੀ ਹੈ ਰੈਂਟ ਸਬਸਿਡੀ ਦੀ ਗੱਲ ਕੀਤੀ ਹੈ, ਹੈ ਨਾ, ਹਰ ਇੱਕ ਉਸ ਦੇ ਉੱਤੇ ਆਪਾਂ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਮਿਸਟਰ ਲਵੀ ਗਡਵਾਨੀ ਜੀ ਨੂੰ ਬੁਲਾਇਆ ਕਿ ਜਿਹੜੇ ਕਿ ਅਕਾਊਂਟੈਂਟ ਨੇ, ਆਪਾਂ ਨੂੰ ਸਾਰੀ ਗੱਲਾਂ ਬਾਤਾਂ ਦੱਸਣਗੇ ਕਿ ਅਸੀਂ ਜਿਹੜੀ ਕੈਨੇਡਾ ਗੌਰਮੈਂਟ ਨੇ ਆਪਾਂ ਨੂੰ ਇਹ ਹੈਲਪ ਪ੍ਰੋਵਾਈਡ ਕੀਤੀ ਹੈ ਫਾਈਨੈਂਸ਼ਲੀ, ਉਹ ਅਸੀਂ ਕਿਸ ਤਰ੍ਹਾਂ ਲੈ ਸਕਦੇ ਹਾਂ, ਕਿਹੜੇ ਕਿਹੜੇ ਲੋਕ ਉਹਦੇ ਲਈ ਐਲੀਜੀਬਲ ਹੈ, ਕੀ ਉਹਦੇ ਲਈ ਜਿਹੜੇ ਹੈਗੇ ਇਹਦੇ ਰਿਕੁਆਇਰਡ ਡਾਕੂਮੈਂਟਸ ਚਾਹੀਦੇ ਨੇ। ਤਾਂ ਸਵਾਗਤ ਕਰਨਾ ਚਾਹੁੰਦਾ ਮੈਂ ਲਵੀ ਜੀ ਦਾ। ਲਵੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ। ਥੈਂਕ ਯੂ ਸੋ ਮਚ ਜੀ ਹਨੀ ਜੀ ਸ਼ੋਅ ਪੇ ਬੁਲਾਣੇ ਕੇ ਲੀਏ ਜੀ। ਸਭ ਤੋਂ ਪਹਿਲੇ ਸਾਰੇ ਵਿਊਅਰਸ ਲਿਸਨਰਸ ਸ਼ੋਅ ਕੇ ਲੀਏ ਥੈਂਕ ਯੂ ਐਂਡ ਵੈਲਕਮ ਫੋਰ ਲਿਸਨਿੰਗ ਅਸ ਜੀ। ਬਿਲਕੁਲ, ਤੋ ਲਵੀ ਜੀ ਸਾਡੇ ਨਾਲ ਪਹਿਲਾਂ ਵੀ ਆ ਚੁੱਕੇ ਨੇ ਦੋਸਤੋ, ਅਕਾਊਂਟਿੰਗ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੁਐਰੀ ਹੈਗੀ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ। ਅੱਜ ਦਾ ਜਿਹੜਾ ਟੋਪਿਕ, ਤੁਸੀਂ ਸਾਨੂੰ ਸਵਾਲ ਪੁੱਛ ਸਕਦੇ ਹੋ, ਗੱਲਬਾਤ ਅਸੀਂ ਕਰਾਂਗੇ, ਹੈ ਨਾ, ਜਿਹੜੀ ਕਿ ਹੁਣ ਰੀਸੈਂਟਲੀ ਜਿਹੜੀ ਹੈਗੀ ਗੌਰਮੈਂਟ ਨੇ 5000 ਜਿਹੜੀ ਹੈਗੀ ਹੈ ਇੱਕ ਸਬਸਿਡੀ ਇੱਕ ਬਿਜ਼ਨਸ ਨੂੰ ਲੈ ਕੇ ਸ਼ੁਰੂ ਕੀਤੀ, ਆਪਾਂ ਉਹਦੇ ਉੱਤੇ ਚਰਚਾ ਕਰਨਾ ਚਾਹੁੰਦਾ ਕਿ ਕੈਨੇਡਾ ਗੌਰਮੈਂਟ ਸਰ ਕੈਨੇਡੀਅਨਸ ਦੇ ਲਈ ਉਹਨੇ ਬਹੁਤ ਵੱਡੀ ਇੱਕ ਵੀ ਮੈਨੂੰ ਲੱਗਦਾ ਕਿ ਦੁਨੀਆ ਦੇ ਵਿੱਚ ਕੈਨੇਡਾ ਗੌਰਮੈਂਟ ਹੀ ਸ਼ਾਇਦ ਇੰਨੀ ਰਹੀ ਹੈ ਜਿਨ੍ਹਾਂ ਨੇ ਬਹੁਤ ਜ਼ਿਆਦਾ ਹਰ ਇੱਕ ਪੱਖ ਤੋਂ ਇੱਕ ਬੰਦੇ ਨੂੰ, ਚਾਹੇ ਇੰਪਲੋਇਰ ਦੀ ਗੱਲ ਕਰ ਲਈਏ, ਚਾਹੇ ਇੰਪਲੋਈਜ਼ ਦੀ ਗੱਲ ਕਰ ਲਈਏ, ਕਿਸੇ ਨੂੰ ਵੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹਦੇ ਵਿੱਚ ਕਿਹੜੀ ਕਿਹੜੀ ਖਾਸ ਸਰਵਿਸਿਜ਼ ਨੇ, ਜੇਕਰ ਆਪਾਂ ਗੱਲ ਕਰਦੇ ਜਿਵੇਂ ਹੁਣ 5000 ਨੂੰ ਲੈ ਕੇ ਬੜੀ ਲੋਕਾਂ ਦੇ ਵਿੱਚ ਕੁਐਰੀ ਆ ਰਹੀ ਸੀਗੀ ਕਿ ਅਲਬਰਟਾ ਗੌਰਮੈਂਟ ਵੱਲੋਂ, ਹੈ ਨਾ, 5000 ਜਿਹੜੀ ਹੈਗੀ ਹੈ ਇੱਕ ਗ੍ਰਾਂਟ ਜਿਹੜੀ ਹੈਗੀ ਹੈ ਇੱਕ ਸ਼ੁਰੂ ਕੀਤੀ ਗਈ ਹੈ, ਉਹਦੇ ਉੱਤੇ ਮੈਂ ਗੱਲ ਕਰਨਾ ਚਾਹੁੰਦਾ ਕਿ ਕੀ ਉਹਦਾ ਹੈ ਕ੍ਰਾਈਟੀਰੀਆ ਹੈ ਜਿਹੜੀ 5000 ਨੂੰ ਜਿਹੜਾ ਲੈ ਸਕਦੇ ਨੇ ਬੰਦੇ। ਬਿਲਕੁਲ ਜੀ, $5,000 ਜੋ ਗ੍ਰਾਂਟ ਅਭੀ ਅਲਬਰਟਾ ਗਵਰਨਮੈਂਟ ਪ੍ਰੋਵਾਈਡ ਕਰ ਰਹੀ ਹੈ ਜੀ, ਸੋ ਵੋ ਬਹੁਤ ਹੀ ਗ੍ਰੇਟ ਇਨੀਸ਼ੀਏਟਿਵ ਹੈ ਬਿਜ਼ਨਸਿਸ ਕੋ ਬੂਸਟ ਕਰਨੇ ਕੇ ਲੀਏ, ਬਿਕਾਜ਼ ਹਰ ਬਿਜ਼ਨਸ ਕੇ ਲੀਏ ਐਟ ਦਿਸ ਪੁਆਇੰਟ ਆਫ ਟਾਈਮ ਹਰ ਇੱਕ ਡਾਲਰ ਇੰਪੋਰਟੈਂਟ ਹੈ। $5,000 ਗ੍ਰਾਂਟ ਦੇਣਾ ਬਿਕਾਜ਼ ਵੋ ਰਿਫੰਡ ਨਹੀਂ ਕਰਨੀ ਹੈ ਬਿਕਾਜ਼ ਇਟਸ ਗ੍ਰਾਂਟ ਫੰਡਡ, ਬਹੁਤ ਗ੍ਰੇਟ ਇਨੀਸ਼ੀਏਟਿਵ ਅਲਬਰਟਾ ਗਵਰਨਮੈਂਟ ਨੇ ਲੀ ਹੈ। ਉਨਕੀ ਬਜਟ ਇਸ ਕੋ ਰਨ ਕਰਨੇ ਕੇ ਲੀਏ ਅਪ ਟੂ $200 million ਹੈ ਓਨਲੀ ਫਾਰ ਦ ਗ੍ਰਾਂਟ। 5000 ਗ੍ਰਾਂਟ ਕੀ ਜੋ ਕ੍ਰਾਈਟੀਰੀਆਜ਼ ਜੈਸੇ ਉਨ੍ਹੋਂਨੇ ਬਣਾਈ ਹੈ, ਸਭਸੇ ਇੰਪੋਰਟੈਂਟ ਦ ਫਸਟ ਕ੍ਰਾਈਟੀਰੀਆ ਜੋ ਉਨ੍ਹੋਂਨੇ ਮੈਂਸ਼ਨ ਕੀਆ ਹੈ ਕਿ ਆਪ ਫੈਬਰੀ 2020 ਸੇ ਪਹਿਲੇ ਓਪਰੇਟ ਕਰ ਰਹੇ ਹੋ, ਆਪਕੀ ਬਿਜ਼ਨਸ ਓਪਰੇਟਿੰਗ ਹੈ ਫੈਬਰੀ 2020 ਸੇ ਪਹਿਲੇ ਆਪਕੀ ਓਪਰੇਟਿੰਗ ਹੈ ਬਿਜ਼ਨਸ। ਸੈਕਿੰਡ ਥਿੰਗ, 5000 ਜੋ ਅਮਾਊਂਟ ਗ੍ਰਾਂਟ ਹੈ ਉਹ ਅਪ ਟੂ 5000 ਹੈ, ਕਿਸੀ ਕੋ 1000 ਮਿਲ ਰਿਹਾ, ਕਿਸੀ ਕੋ 2, ਕਿਸੀ ਕੋ 3, ਡਿਪੈਂਡਿੰਗ ਔਨ ਉਸਕੀ ਐਲੀਜੀਬਿਲਿਟੀ ਕਹਾਂ ਤੱਕ ਪਹੁੰਚ ਰਹੀ ਹੈ। ਵੋ ਕੈਲਕੂਲੇਸ਼ਨ ਕੈਸੇ ਹੋਤੀ ਹੈ ਜੀ, ਕਿ 15% ਵੋ ਕੈਲਕੂਲੇਟ ਬੈਨੀਫਿਟ ਦੇਤੇ ਹੈ ਆਫ ਦੀ ਅਮਾਊਂਟ ਜੋ ਵੀ ਉਨਕੀ ਰੈਵੀਨਿਊ ਮੰਥਲੀ ਹੈ ਜੀ। ਵੋ ਮੰਥਲੀ ਰੈਵੀਨਿਊ ਕੰਪੇਅਰ ਕਰ ਰਹੇ ਹੈ April 2019 ਜੀ, May 2019 ਜਾਂ February 2020 ਜੀ। ਤੋ ਰੈਕਮੈਂਡਡ ਯਹੀ ਹੈ ਕਿ ਜਬ ਆਪ ਐਪਲੀਕੇਸ਼ਨ ਫਿਲ ਕਰੇਂਗੇ ਤੋ ਆਪਕਾ ਜੋ ਹਾਇਸਟ ਮੰਥ ਹੋ ਉਸਕੋ ਚੂਜ਼ ਕਰੇ ਜੀ। ਅਗਰ ਆਪਕੀ ਸੇਲ $20,000 ਹੈ ਤੋ ਆਪਕੀ ਬੈਨੀਫਿਟ ਆਪਕੋ 3000 ਹੀ ਮਿਲੇਗਾ, ਬਿਕਾਜ਼ 15% ਆਪਕਾ ਜੋ ਰੈਵੀਨਿਊ ਹੈ ਉਸਸੇ ਜ਼ਿਆਦਾ ਨਹੀਂ ਮਿਲੇਗਾ। ਸੋ ਡਿਪੈਂਡਿੰਗ ਆਪਕੀ ਮੰਥਲੀ ਰੈਵੀਨਿਊ, ਉਸਕੀ ਕੰਪੈਰੇਟਿਵ ਮੈਂ ਆਪਕੋ ਸਿਰਫ ਇਸ ਈਅਰ ਕਾ ਮੇ ਕਾ ਰੈਵੀਨਿਊ ਜਾਂ ਅਪ੍ਰੈਲ ਕਾ ਰੈਵੀਨਿਊ ਕੰਪੇਅਰ ਕਰਨਾ ਹੈ, 50% ਸੇ ਡਾਊਨ ਹੋਣਾ ਚਾਹੀਏ। Right. अगर आपकी रेवेन्यू 20,000 है फरवरी 2020 आप बता रहे हो हाईएस्ट है और आपका 15,000 रेवेन्यू इस मई और अप्रैल में, तो आप क्वालिफाई नहीं करोगे बिकॉज़ 10,000 से बिलो होना चाहिए, 50% से लेस होगा आपकी एप्लीकेशन प्रोसेस होगी। ये सेकंड क्राइटेरिया जी जी। थर्ड उनकी जो मेन फैक्टर ये भी है कि बिजनेसेस, नॉन प्रॉफिट, सोल प्रोप्राइटर सारे एलिजिबल है इसको अप्लाई करने के। वो एलिजिबिलिटी में इंपॉर्टेंट चीज ये भी है कि सबसे पहले आपको अल्बर्टा डिजिटल आईडी होनी चाहिए
अगर एल्बर्टा डिजिटल आईडी नहीं है आपके पास तो एप्लीकेशन स्टार्ट ही नहीं होगी. तो बहुत लोगों को जैसे नहीं पता है कि स्टार्ट कैसे करनी है, अप्लाई तो एप्लीकेशन ऑनलाइन अवेलेबल है बट एल्बर्टा डिजिटल आईडी होना जरूरी है. सबसे पहला स्टेप ही वही है. नेक्स्ट जब आप एप्लीकेशन फिल करने जाओगे तो उस एप्लीकेशन के प्रोसेस में आपके पास कुछ बेसिक इन्फॉर्मेशन होना पहले से जरूरी है वरना आपकी एप्लीकेशन इनकम्प्लीट रहेगी. जैसे आपको कॉर्पोरेट एक्सेस नंबर चाहिए. कॉर्पोरेट एक्सेस नंबर क्या होता है जी, जब आप कंपनी इनकॉर्पोरेट करते हो उस इनकॉर्पोरेशन सर्टिफिकेट में सबसे पहले पेज में ऊपर कॉर्पोरेट एक्सेस नंबर होता है. वो आपके पास होना जरूरी है. फेडरल का बिजनेस नंबर होना जरूरी है. आपकी बैंकिंग इन्फॉर्मेशन होना जरूरी है क्योंकि गवर्नमेंट डायरेक्ट डिपॉजिट देगा आपको फंड में. तो अगर बैंकिंग इन्फॉर्मेशन राइट नहीं फिल करोगे तो फंड्स आएंगे नहीं आपके पास, वो एप्लीकेशन स्टक हो जाएगी. अगेन वेरी इंपॉर्टेंट इन्फॉर्मेशन. एंड जो मैंने पहले कहा था आपकी रेवेन्यू इन्फॉर्मेशन, आपकी रेवेन्यू बताना जरूरी है क्योंकि जो आपने लास्ट ईयर में रेवेन्यू रिपोर्ट किया है, जो टैक्स फाइल की है, वो एग्जैक्ट सेल्स आपको बताना है. कंसिडरिंग हमें ये भी पता है कि उसमें ये भी मेंशन है इट विल बी ऑडिटेड. वो ऑडिट कभी भी हो सकता है. दे कैन आस्क दिस क्वेश्चन फ्यूचर में, अभी नहीं, एक साल बाद वो बोल सकते हैं ओके जी आपने ये बोला था इतनी रेवेन्यू है, हमें नहीं लगता इसको प्रूफ करें पॉसिबल. सो हम अपनी सजेशन लेकर के, रिकमेंडेशन लेके फिर एप्लीकेशन फिल करें सो दैट एवरीथिंग इज राइट. क्योंकि है तो गवर्नमेंट फंडेड, इट नीड्स, सबको रिक्वायरमेंट है जी, जरूरी भी है, बट राइट फिल करेंगे तो आपको आगे जाके तकलीफ नहीं होगी, तो आपको हेल्प प्रॉपर मिलेगी. Right. ये प्रोसेस पे ये एप्लीकेशन प्रोसेस हो रही है. 3 से 4 बिजनेस डेज लगते हैं, आपके अकाउंट में पैसे आ जाते हैं. अच्छा, इहदे विच लवी जी जिवें हुंदा है कि काफ़ी साढ़े दर्शक ने जिहड़े बैठे ने कुछ कितें ना कितें ओह सर्विसिज़ करदे ने, कुछ कहिंदे ने वी ऑनलाइन जाओ है ना, वी कैनेडा गवर्नमेंट बड़ी ऑप्शनज ने अल्बर्टा उहदे ती साइट ते जाइए, ऑनलाइन जाइए असीं फिल कर दईए. बिल्कुल इहदे विच तां दोस्तो तुसीं जिद्दां है ना 5000 ग्रांट दे बारे विच कोई क्वेरी हैगी है, तुहानूं किस तरह फिल करना हैगा, की है की नहीं है, उहदे बारे तुसीं डिटेल दे नाल अगर जानकारी लैणा चाहुंदे हो तां जरूर लवी जी दे कॉन्टैक्ट नंबर लगातार स्क्रीन दे उत्ते चल रहे ने, तुसीं इहनां तों बिल्कुल फ्री ऑफ कॉस्ट इन्फॉर्मेशन लै सकदे हो. इस तों इलावा जेकर तुसीं कोई होर सर्विसिज़ भी लैणा चाहुंदे हो अकाउंटिंग दे रिलेटड तां इहनां दे नाल कॉन्टैक्ट कीता जा सकदा. इस तों इलावा अगर आपां गल करीए सर जिहड़ी इस तों पहलां इक कैनेडा गवर्नमेंट ने 20,000 जिहड़ी है ना ग्रांट दित्ती सी, ਉਹਦੇ ਵਿੱਚ ਕੁਛ ਕੁਛ ਬਿਜ਼ਨਸ ਨੇ ਉਹ ਅਪਲਾਈ ਕੀਤਾ, ਲੇਕਿਨ ਕੀ ਉਹ ਵੀ ਇਹਨੂੰ ਜਿਹੜੀ ਹੈਗੀ 5000 ਦੀ ਗ੍ਰਾਂਟ ਨੂੰ ਅਪਲਾਈ ਕਰ ਸਕਦੇ ਨੇ, ਕੀ ਕੀ ਉਹ ਐਪਲੀਕੇਬਲ ਹੈ ਨੇ? ਬਿਲਕੁਲ ਜੀ. 20,000 ਦਾ ਲੋਨ, 20,000 ਕੀ पेरोल एप्लीकेशन रिक्वायर्ड थी, 40,000 का लोन मिल रहा था उनको. जो 40,000 का लोन मिल रहा था वो एलिजिबल है इरिस्पेक्टिव अगर उनको वो भी मिला है कि नहीं मिला. तो 40,000 मिल रहा है, सॉरी, हां जी. तो 40,000 लोन थी, बट आप सही बोल रहे हो, $20,000 की वहां नंबर जरूर थी क्योंकि पेरोल रिक्वायरमेंट थी. अब वो भी रिक्वायरमेंट नहीं है, बिलो 20 की भी पेरोल भी अप्लाई कर सकते हैं. बट अगर आपको $40,000 मिला है तो आप फिर भी इसको अप्लाई कर सकते हो. ये कोई रिस्ट्रिक्शन नहीं है कि आपको अगर वो लोन मिला तो ग्रांट आपको नहीं मिला, ग्रांट फिर भी मिलेगा अगर आप एलिजिबल हो और क्राइटेरियाज पे हो. आपको फिर भी 5000 मिलेगा. तो ओदे विच कुछ ना कुछ जेडी तुसी अपडेट दसी है, अभी पहला 20,000 दी जेडी ओदे विच है ना जेडी ओ सीगा जेडी अपडेट हुई है ओदे विच यही होया भी अगर हुन 20,000 दी तुहाडी है ना जेडी हैगी ओ नहीं हैगी तां तुसी फिर भी अप्लाई. एदे विच होर की अपडेट होया कि सिर्फ यही होया? जी अपडेट यही हुआ कि 20,000 का पेरोल अगर अभी नहीं है फिर भी आप 40,000 का लोन अप्लाई कर सकते. बट उसकी अपडेट में ये है कि 40,000 के आपके पास नॉन डेफरेबल एक्सपेंसेस होने चाहिए. right. आपके पास अब उसकी एग्जांपल्स जैसे आपकी रेंट पेमेंट्स है वो कैलकुलेट कर रहे हैं 2020 दिसंबर तक नॉन डेफरल एक्सपेंसेस, यानी कि मार्च 2020 से लेकर के दिसंबर 2020 तक अगर आपके पास वो एक्सपेंसेस हैं जो डेफर हो ही नहीं पाए, चाहे वो रेंट सब्सिडी हो, चाहे तो वो मॉर्गेज की पेमेंट हो या कमर्शियल रेंट इंटरेस्ट हो, कुछ भी हो, तो 40,000 एग्जाम्पल रेंट हो गया, इंश्योरेंस हो गई, यूटिलिटीज हो गई, आपकी कोई लीज पेमेंट है, कोई इक्विपमेंट लीज पर है, कोई कार लीज पर है बिजनेस पर, कोई ट्रक लीज पर है बिजनेस पर, डिपेंडिंग कौन सा बिजनेस है, 40,000 का अगर वो टोटल बनता है तो आप उसको अप्लाई कर सकते हो एंड देन वो आपको 40,000 का लोन मिल जाएगा. रूल्स सारे के सारे सेम है, आपका इंटरेस्ट फ्री रहेगा दिसंबर 2022 तक, और अगर आप उसको दिसंबर 22 से पहले पे ऑफ कर दोगे पूरा तो 10,000 की अप टू 10,000 एलिजिबिलिटी है कि वो वेव ऑफ हो जाएगा. ओके, बहुत ज्यादा क्योंकि कनाडा गवर्नमेंट ने है ना, चाहे प्रोविंशियल प्रोविंशियल गवर्नमेंट्स ने जिहड़ियां हैगियां कनाडा दे काफी जिहड़े नागरिक हैं या जिहड़े बिजनेसमैन हैं या जिहड़े स्टूडेंट्स ने उन्होंने बहुत वधिया सर्विसिज दित्तियां. असीं बार बार धन्नवाद करदे हां कनाडा गवर्नमेंट दा या प्रोविंशियल गवर्नमेंट्स दा इस प्लेटफॉर्म दे राहीं, ते इहदे उत्ते चर्चा अज आपां तां कर रहे हैं क्योंकि काफी लोकां नूं जिहड़ा इस दे बारे हजे पता ही नहीं है किद्दां अप्लाई होणा, किद्दां एलिजिबल बणदे हां असीं, है ना, तां उहदे लई तुसीं
ਤੁਸੀਂ ਡਿਟੇਲ ਦੇ ਨਾਲ ਲਵੀ ਗਡਵਾਨੀ ਜੀ ਸਾਡੇ ਨਾਲ ਇੱਕ ਅਕਾਊਂਟੈਂਟ ਜੁੜੇ ਹੋਏ ਨੇ ਬੜੇ ਸੁਲਝੇ ਹੋਏ ਅਕਾਊਂਟੈਂਟ ਨੇ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਡਿਟੇਲਸ ਲਗਾਤਾਰ ਸਕਰੀਨ ਦੇ ਨੀਚੇ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ CERB ਨੂੰ ਗੱਲ ਕਰੀਏ ਆਪਾਂ 2000 ਪਰ ਹੈ ਨਾ ਪਰਸਨ ਜਿਹੜੇ ਸੀ ਜਿਹਨਾਂ ਨੂੰ ਕੋਵਿਡ ਕਰਕੇ ਉਹਨਾਂ ਦੀਆਂ ਜੋਬਸ ਚਲੇ ਗਈਆਂ ਕਿਤੇ ਨਾ ਕਿਤੇ ਪ੍ਰੋਬਲਮਸ ਆਈਆਂ ਨੇ ਤਾਂ ਜਿਹੜੀ 2000 ਦੀ ਹੈ ਉਸ ਤੋਂ ਬਾਅਦ ਮੈਨੂੰ ਲੱਗਦਾ 2 ਮਹੀਨੇ ਦੀ ਉਹਨਾਂ ਨੂੰ ਐਕਸਟੈਂਸ਼ਨ ਮਿਲੀ ਹੈ ਸਰ ਹੈ ਨਾ ਕਾਫੀ ਲੋਕਾਂ ਨੇ ਅਪਲਾਈ ਕੀਤਾ ਬੜੀ ਐਲੀਜੀਬਿਲਟੀ ਜਿਵੇਂ ਕਹਿੰਦੇ ਨੇ ਵੀ ਹਰ ਇੱਕ ਬੰਦੇ ਨੇ ਅਪਲਾਈ ਕੀਤਾ ਉਸ ਤੋਂ ਬਾਅਦ ਕੁਛ ਇਹ ਵੀ ਨਿਊਜ਼ ਦੇ ਵਿੱਚ ਸੁਣਨ ਦੇ ਵਿੱਚ ਆਇਆ ਵੀ ਕਈਆਂ ਨੇ ਰਿਫੰਡ ਵੀ ਕੀਤਾ ਇਹਦੇ ਉੱਤੇ ਮੈਂ ਚਰਚਾ ਕਰਨਾ ਚਾਹੁੰਦਾ ਵੀ ਇਹਦੇ ਵਿੱਚ ਐਕਚੁਅਲ ਦੇ ਵਿੱਚ ਕੌਣ ਕੌਣ ਐਲੀਜੀਬਲ ਸੀ ਜਾਂ ਐਲੀਜੀਬਲ ਹੈ ਨੇ ਤੇ ਅੱਗੇ ਜਿਹੜਾ ਹੁਣ ਹੋਰ ਐਕਸਟੈਂਸ਼ਨ ਹੋਈ ਹੈ 1-2 ਮਹੀਨੇ ਕਦੋਂ ਤੱਕ ਇਹਦੀ ਐਕਸਟੈਂਸ਼ਨ ਹੋਈ ਹੈ ਇਸਕੀ ਐਕਸਟੈਂਸ਼ਨ 2 ਮਹੀਨੇ ਔਰ ਹੋ ਗਈ ਸੈਪਟੈਂਬਰ ਕੇ ਸਟਾਰਟਿੰਗ ਤੱਕ ਹੋ ਗਈ ਹੈ ਜੀ ਔਰ ਸੈਪਟੈਂਬਰ ਕੇ ਐਂਡ ਤੱਕ ਵੀ ਉਹ ਦੇਂਗੇ ਅਗਰ ਆਪ ਕਾਮ ਨਹੀਂ ਕਰ ਰਹੇ ਹੋ ਤੋ ਮੇਨ ਇਸਕੀ ਪ੍ਰੋਬਲਮ ਮੇਨ ਇਸਕੀ ਕ੍ਰਾਈਟੇਰੀਆ ਯੇ ਹੈ ਕਿ ਅਗਰ ਆਪਕੀ ਜੋਬ ਔਰ ਆਪਕੀ ਵਰਕ COVID-19 ਕੀ ਵਜ੍ਹਾ ਸੇ ਚਲੀ ਗਈ ਔਰ ਆਪ ਬੈਕ ਟੂ ਵਰਕ ਨਹੀਂ ਜਾ ਰਹੇ ਹੋ ਤੋ ਆਪ ਇਸ 2000 ਕੋ ਅਪਲਾਈ ਕਰ ਸਕਦੇ ਬਟ ਆਪਕੀ ਇਨਕਮ ਮਿਨੀਮਮ ਲਾਸਟ ਈਅਰ 5000 ਹੋਣੀ ਚਾਹੀਏ ਔਰ ਜਨਵਰੀ ਫੈਬਰੀ ਮੇ ਵੀ ਅਗਰ ਆਪਣੇ ਕਾਮ ਕੀਆ ਹੈ ਤੋ ਉਸਕੀ ਵੀ ਇਨਕਮ ਹੋਣੀ ਚਾਹੀਏ ਵੋ ਓਬਵੀਅਸਲੀ ਕ੍ਰਾਈਟੇਰੀਆ ਦੇਖੇਂਗੇ ਕਿ ਅਗਰ ਆਪਕੀ 5000 2019 ਮੇ ਇਨਕਮ ਹੈ ਬਟ ਵੋ ਲਾਸਟ ਮਾਰਚ ਤੱਕ ਹੀ ਥੀ 2019 ਉਸਕੇ ਬਾਅਦ ਆਪਨੇ ਕਾਮ ਹੀ ਨਹੀਂ ਕੀਆ ਪੂਰੇ ਸਾਲ ਆਪਕੀ ਇਨਕਮ ਇਰਰੈਸਪੈਕਟਿਵ $5000 ਹੈ ਆਪ ਐਲੀਜੀਬਲ ਨਹੀਂ ਹੋਗੇ ਉਹ ਆਪਸੇ ਜ਼ਰੂਰ ਪੁੱਛੇਂਗੇ ਆ ਕਰਕੇ ਕਿਉਂਕਿ ਅਗਰ ਆਪਨੇ April 2019 ਸੇ ਲੈ ਕਰਕੇ ਫੈਬਰੀ ਕੇ 2020 ਤੱਕ ਕਾਮ ਹੀ ਨਹੀਂ ਕੀਆ ਫੋਰ ਰੀਜ਼ਨ ਅਬ ਉਸਕੀ ਅਗਰ ਕੋਈ ਪਰਟੀਕੁਲਰ ਰੀਜ਼ਨ ਹੈ ਕੋਈ ਮੈਡੀਕਲ ਇਸ਼ੂ ਹੈ ਕੋਈ ਰੀਜ਼ਨ ਹੈ ਤੋ ਦੇ ਵਿਲ ਕੰਸਿਡਰ ਬਟ ਅਗਰ ਜਸਟ ਬਿਕੋਜ਼ ਆਪਨੇ ਕਾਮ ਨਹੀਂ ਕੀਆ ਕਿਉਂਕਿ ਆਪ ਸਕੂਲ ਚਲੇ ਗਏ ਵਾਪਸ ਤੋ ਆਪ ਸਟੂਡੈਂਟ ਬੈਨੀਫਿਟ ਕੇ ਲਈ ਐਲੀਜੀਬਲ ਥੇ CERB ਕੇ ਲਈ ਨਹੀਂ ਥੇ ਤੋ ਅਗਰ ਆਪਨੇ ਕਾਮ ਨਹੀਂ ਕੀਆ ਤੋ ਆਪ ਐਲੀਜੀਬਲ ਨਹੀਂ ਹੋ ਨਾਟ ਓਨਲੀ 5000 ਇਨਕਮ ਇਹ ਵੀ ਹੈ ਕਿ ਆਪਕੀ ਲਾਸਟ ਕਬ ਕਾਮ ਹੋਈ ਥੀ ਦ ਮੇਨ ਫੋਕਸ ਇਸ ਕਿ ਅਗਰ ਆਪਕੀ ਜੋਬ COVID-19 ਕੀ ਵਜ੍ਹਾ ਸੇ ਗਈ ਹੈ ਤੋ ਆਪ 2000 ਕੋ ਐਲੀਜੀਬਲ ਜੈਸੇ ਆਪਨੇ ਕਹਾ ਬਹੁਤ ਲੋਗੋ ਨੇ ਪੈਸੇ ਰਿਫੰਡ ਕਰ ਦੀਏ ਕਿਉਂਕਿ ਜਬ ਫੈਡਰਲ ਗਵਰਨਮੈਂਟ ਨੇ ਅਨਾਊਂਸ ਕੀਆ ਕਿ ਅਗਰ ਵੋ ਫਾਇੰਡ ਆਊਟ ਕਰੇਂਗੇ ਕਿ ਲੋਗੋ ਨੇ ਫਰੋਡੁਲੈਂਟ ਪੇਮੈਂਟਸ ਲੀਏ ਹੋਏ ਹੈ ਵੋ 5000 ਕੀ ਫਾਈਨ ਚਾਰਜ ਕਰੇਂਗੇ ਜੇਲ ਵੀ ਹੋ ਸਕਤਾ ਹੈ ਇਹ ਵੀ ਜਬ ਵੀ ਇਹ ਅਨਾਊਂਸ ਹੁਆ ਥ੍ਰੀ ਡੇਜ਼ ਗਵਰਨਮੈਂਟ ਨੇ ਅਨਾਊਂਸ ਕੀਆ ਕਿ $38 million ਰਿਫੰਡ ਹੋਏ 3 ਦਿਨ ਮੇ ਲਾਈਕ 72 hours ਮਤਲਬ ਇਹ ਜੋ 38 million ਉਹਨਾਂ ਨੇ ਅਨਾਊਂਸ ਕੀਆ ਇਹ ਤੋ ਉਹਨਾਂ ਨੇ ਸਿਰਫ ਅਨਾਊਂਸਮੈਂਟ ਕੇ ਬਾਅਦ ਲੋਕ ਡਰ ਗਏ ਕਿ ਓਬਵੀਅਸਲੀ ਇਹ ਐਲੀਜੀਬਲ ਨਹੀਂ ਥੇ ਵਾਪਸ ਕਰ ਦਿੱਤੇ ਉਸਕੇ ਇਲਾਵਾ ਵੀ ਬਹੁਤ ਐਸੇ ਹੋਣਗੇ ਜੋ ਐਲੀਜੀਬਲ ਨਹੀਂ ਹੈ ਜੋ ਅਭੀ ਤੱਕ ਸਟਿਲ ਰਿਫੰਡ ਨਹੀਂ ਹੋਇਆ ਪੈਸੇ ਬਿਲਕੁਲ ਸ਼ਾਇਦ ਉਹਨਾਂ ਕੋ ਪਤਾ ਨਹੀਂ ਆਈ ਐਮ ਨਾਟ ਸੇਇੰਗ ਕਿ ਉਹ ਪਰਪਸਲੀ ਨਹੀਂ ਦੇ ਰਹੇ ਬਟ ਹੋ ਸਕਦਾ ਉਹਨਾਂ ਕੋ ਪਤਾ ਹੀ ਨਹੀਂ ਕਿ ਉਹ ਕ੍ਰਾਈਟੇਰੀਆ ਮੇ ਆ ਰਹੇ ਹੈ ਕਿ ਨਹੀਂ ਤੋ ਉਹ ਜ਼ਰੂਰ ਇਸਕੋ ਕੰਸਲਟ ਕਰੇ ਕਿਉਂਕਿ ਅਗਰ ਆਪ ਇਸ ਈਅਰ ਤੱਕ ਆਪ ਪੂਰੇ ਪੈਸੇ ਰਿਫੰਡ ਕਰ ਦਿੱਤੇ ਹੋ ਔਰ ਅਗਰ ਕਿਉਂਕਿ ਐਸਾ ਹੈ ਕਿ ਆਪਕੀ ਕਿਉਂਕਿ ਬਹੁਤ ਲੋਕਾਂ ਕੀ ਬਹੁਤ ਐਮਰਜੈਂਸੀ ਸਿਚੁਏਸ਼ਨ ਹੈ ਐਸੇ ਕਿਸੀ ਕੇ ਘਰ ਪੇ ਗਰੋਸਰੀਜ਼ ਨਹੀਂ ਹੈ ਕਿਸੀ ਕੇ ਘਰ ਪੇ ਪੈਸੇ ਨਹੀਂ ਹੈ ਬਹੁਤ ਮੁਸ਼ਕਿਲ ਹੈ ਉਸ ਸਿਚੁਏਸ਼ਨ ਮੇ ਅਗਰ ਕਿਸੀ ਨੇ ਅਪਲਾਈ ਕੀਆ ਹੋਗਾ ਓਬਵੀਅਸਲੀ ਵੋ ਤੋ ਐਸੇ ਹੀ ਲਾਈਫ ਇਨ ਦੈਟ ਸਿਚੁਏਸ਼ਨ ਤੋ ਬੰਦਾ ਬੋਲਤਾ ਹੈ ਕਿ ਮੈਂ ਅਪਲਾਈ ਕਰ ਲੂੰ ਬਾਅਦ ਮੇ ਦੇਖੇਂਗੇ ਕਿਆ ਹੋਤਾ ਬਟ ਜਬ ਉਸਕਾ ਰਾਈਟ ਟਾਈਮ ਹੈ ਕਿਆ ਉਨਕੋ ਨਹੀਂ ਪਤਾ ਥਾ ਉਸ ਪ੍ਰੈਸ਼ਰ ਮੇ ਕਰ ਦੀਆ ਤੋ ਅਭੀ ਰਾਈਟ ਟਾਈਮ ਹੈ ਰਿਫੰਡ ਕਰ ਸਕਤੇ ਕਿਉਂਕਿ ਗਵਰਨਮੈਂਟ ਨੇ ਆਪਸ਼ਨ ਦੀਆ ਹੈ ਕਿ ਆਪ ਰਿਫੰਡ ਕਰ ਦੋ ਉਹਨੇ CRA ਪੋਰਟਲਸ ਮੇ ਪ੍ਰੋਪਰ ਲਿੰਕ ਬਣਾਈ ਹੈ ਪ੍ਰੋਸੀਡ ਟੂ ਪੇ ਦ ਰਿਫੰਡ ਤਾਂਕਿ ਆਪਕੋ ਕੋਈ ਪੇਮੈਂਟ ਕਰਨੇ ਕੇ ਲਈ ਕੋਈ ਪਰੇਸ਼ਾਨੀ ਨਹੀਂ ਹੋ ਉਹ ਬੈਂਕ ਸੇ ਲਿੰਕ ਹੋਗਾ ਰਾਈਟ ਅਵੇ ਪੈਸੇ ਲੈ ਲੇਂਗੇ ਆਪਕੇ ਰਾਈਟ ਤੋ ਐਸਾ ਨਹੀਂ ਹੈ ਕਿ ਪੇਮੈਂਟ ਕੈਸੇ ਕਰੇਂਗੇ ਜਾਂ ਕੋਈ ਪ੍ਰੋਬਲਮ ਹੈ ਆਪਕੇ ਬੈਂਕ ਸਾਈਟਸ ਪਰ ਵੀ ਬਣਾ ਹੁਆ ਹੈ ਲਿੰਕ ਕੀਆ ਗਿਆ ਹੈ ਕਿਆ ਕਿਆ ਦਾ CRA ਕਾ ਰਿਫੰਡ ਦ CERB ਤੋ ਈਜ਼ੀ ਕਰ ਦਿਆ ਹੈ ਇਫ ਸਮਨ ਵਾਂਟਸ ਟੂ ਰਿਫੰਡ ਇਟ ਬਟ ਅਗਰ ਕਿਸੇ ਕੋ ਨਹੀਂ ਪਤਾ ਹੈ ਐਲੀਜੀਬਿਲਿਟੀ ਤੋ ਉਹ ਜ਼ਰੂਰ ਕੰਸਲਟ ਕਰੇ ਟੂ ਅੰਡਰਸਟੈਂਡ ਕਿ ਉਸਨੇ ਸਹੀ ਕੀਆ ਹੈ ਜਾਂ ਗਲਤ ਓਕੇ ਬਿਲਕੁਲ ਤਾਂ ਦੋਸਤੋ ਇਹ ਹੁਣ ਨੈਕਸਟ ਸਪਟੰਬਰ ਟਿਲ ਸਪਟੰਬਰ ਤੱਕ ਜਿਹੜੀ ਹੈਗੀ ਹੈ ਇਹ ਜਿਹੜੀ 2000 ਦੀ ਜਿਹੜੀ ਹੈਗੀ ਹੈ CERB ਉਹ ਜਿਹੜੇ ਐਲੀਜੀਬਲ ਹੈ ਨੇ ਉਹ ਅਪਲਾਈ ਕਰ ਸਕਦੇ ਨੇ ਬੇਸਿਕ ਐਲੀਜੀਬਿਲਟੀ ਕ੍ਰਾਈਟੀਰੀਆ ਹੈ ਨਾ ਜਿੱਦਾਂ ਤੁਹਾਨੂੰ ਦੱਸਿਆ ਹੀ ਹੈਗਾ ਹੋਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਕੁਐਰੀ ਹੈਗੀ ਹੈ ਨਾ ਅਕਾਊਂਟਿੰਗ ਨੂੰ ਲੈ ਕੇ ਜਾਂ ਖਾਸ ਕਰਕੇ COVID-19 ਨੂੰ ਲੈ ਕੇ ਜਿਹੜੇ ਹੈਗੇ ਨੇ ਗਵਰਨਮੈਂਟਸ ਵੱਲੋਂ ਜਿਹੜੀ ਫੰਡਿੰਗ ਕੀਤੀ ਜਾ ਰਹੀ ਹੈ ਸਬਸਿਡੀਜ਼ ਦਿੱਤੀਆਂ ਜਾ ਰਹੀਆਂ ਨੇ ਉਹਦੇ ਬਾਰੇ ਡਿਟੇਲ ਦੇ ਨਾਲ ਜਾਣਕਾਰੀ ਲੈਣੀ ਹੈ ਤੁਸੀਂ ਇਹ ਸ਼ੋਅ ਨੂੰ ਪ੍ਰੋਪਰਲੀ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਸ਼ੋਅਜ਼ ਨੇ ਜਿਹੜਾ ਫੇਸਬੁੱਕ ਪੇਜ ਤੇ ਯੂਟਿਊਬ ਚੈਨਲ ਦੇ ਉੱਤੇ ਸਾਡੇ ਜਿਹੜੇ ਹੈਗੇ HUNNY ਹਨੀ ਵਾਲੀਆ ਸ਼ੋਅਜ਼ ਦੇ ਉੱਤੇ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਦੋਸਤੋ ਅਸੀਂ ਕੋਈ ਵੀ ਚੀਜ਼ ਨੂੰ ਅਸੀਂ ਕਮਿਟ ਨਹੀਂ ਕਰਦੇ ਅਸੀਂ ਕੋਈ ਵੀ ਚੀਜ਼ ਤੁਹਾਨੂੰ 100% ਕੁਝ ਨਹੀਂ ਕਹਿੰਦੇ ਅਸੀਂ ਕਹਿੰਦੇ ਸਾਡੇ ਇਹਨਾਂ ਸਾਰਿਆਂ ਦੇ ਉੱਤੇ ਸਾਡੇ ਐਕਸਪਰਟਸ ਆਉਂਦੇ ਨੇ ਉਹ ਆਪਣਾ ਜਿਹੜਾ ਹੈਗਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ ਅਸੀਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਹੈ ਸਾਡੇ ਕੋਲ ਤੁਸੀਂ ਸਾਡਾ ਸਵਾਲ ਪੁੱਛ ਸਕਦੇ ਹੋ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ ਕਮੈਂਟ ਕਰ ਸਕਦੇ ਹੋ ਤੁਹਾਡੇ ਮਨ ਦੇ ਜਿੱਦਾਂ ਹੁਣ ਤੁਸੀਂ ਸ਼ੋਅ ਦੇਖ ਰਹੇ ਹੋ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਆ ਰਿਹਾ ਤੁਸੀਂ
ਤੁਸੀਂ ਡਾਇਰੈਕਟਲੀ ਕਮੈਂਟ ਵੀ ਕਰ ਸਕਦੇ ਹੋ, ਉਹਦਾ ਆਨਸਰ ਤੁਹਾਨੂੰ ਰਾਈਟ ਵੇ ਵੀ ਦਿੱਤਾ ਜਾਏਗਾ। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਆਨਸਰ, ਅਗਰ ਤੁਹਾਨੂੰ ਲੱਗਦਾ ਵੀ ਤੁਸੀਂ ਕੋਈ ਡਿਟੇਲ ਲੈਣਾ ਚਾਹੁੰਦੇ ਹੋ, ਫੋਨ ਨੰਬਰ ਵੀ ਲਗਾਤਾਰ ਜਾਰੀ ਹੈ, ਫੋਨ ਕਰਕੇ ਵੀ ਤੁਸੀਂ ਡਾਇਰੈਕਟਲੀ ਪੁੱਛ ਸਕਦੇ ਹੋ ਜਾਂ ਲਵੀ ਜੀ ਦੇ ਆਫਿਸ ਦੇ ਵਿੱਚ ਵਿਜਿਟ ਕਰ ਸਕਦੇ ਹੋ। ਇਹਨਾਂ ਦਾ ਆਫਿਸ ਐਡਰੈਸ ਵੀ ਲਗਾਤਾਰ ਸਕਰੀਨ ਦੇ ਉੱਤੇ ਜਾ ਰਹੀ ਹੈ। ਅਕਾਊਂਟਿੰਗ ਦੇ ਰਿਲੇਟਡ ਕੋਈ ਵੀ ਕੁਐਰੀ ਹੈਗੀ ਹੈ, ਅੱਜ ਦਾ ਟੌਪਿਕ ਹੈਗਾ ਜਿਹੜਾ ਅਸੀਂ ਕੋਵਿਡ-19 ਨੂੰ ਲੈ ਕੇ ਜਿਹੜੀ ਵੀ ਹੈ ਨਾ ਗਵਰਨਮੈਂਟ ਵੱਲੋਂ ਫੰਡਿੰਗ ਕੀਤੀ ਗਈ ਹੈਗੀ ਉਹਦੇ ਉੱਤੇ ਡਿਸਕਸ਼ਨ ਕਰ ਰਹੇ, ਕਿਹੜਾ ਐਲੀਜੀਬਲ ਹੈ ਕਿਹੜਾ ਨਹੀਂ ਹੈ, ਜਾਂ ਕਿਸੇ ਨੇ ਗਲਤੀ ਨਾਲ ਉਹ ਆਪਣੀ ਜਿਹੜੀ ਹੈਗੀ ਆ ਫੰਡਿੰਗ ਲੈ ਲਈ ਹੋਈ ਹੈ ਤਾਂ ਉਹ ਕਿਸ ਤਰ੍ਹਾਂ ਉਹਨੂੰ ਰਿਫੰਡ ਕਰ ਸਕਦਾ, ਜਾਂ ਫਿਰ ਕਿਹੜੇ ਕਿਹੜੇ ਲੋਕ ਜਿਹੜੇ ਹੈਗੇ ਨੇ ਹਾਲੇ ਵੀ ਉਸ ਨੂੰ ਅਪਲਾਈ ਕਰ ਸਕਦੇ ਨੇ। ਇਹਦੇ ਨਾਲ ਹੀ ਸਰ ਅਗਰ ਆਪਾਂ ਗੱਲ ਕਰੀਏ ਵੇਜ ਸਬਸਿਡੀ ਦੀ ਗੱਲ ਕਰੀਏ ਨਾ, ਵੇਜ ਸਬਸਿਡੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਉਹਦੇ ਉੱਤੇ ਕੀ ਉਹਦੀ ਕੀ ਐਲੀਜੀਬਿਲਟੀ ਕ੍ਰਾਈਟੀਰੀਆ ਹੈ, ਉਹ ਕਿਹਨਾਂ ਕਿਹਨਾਂ ਨੂੰ ਦਿੱਤੀ ਗਈ ਹੈ? ਵੇਜ ਸਬਸਿਡੀ ਸਭ ਤੋਂ ਪਹਿਲੇ ਤਾਂ ਫੈਡਰਲ ਗਵਰਨਮੈਂਟ ਨੇ ਅਭੀ ਅਨਾਊਂਸ ਕੀਆ ਕਿ ਵੇਜ ਸਬਸਿਡੀ ਪਹਿਲੇ ਅਗਸਤ ਤੱਕ ਐਕਸਟੈਂਡਡ ਥੀ, ਅਬ ਵੋ ਡਿਸੰਬਰ ਤੱਕ ਉਹਨਾਂ ਨੇ ਐਕਸਟੈਂਡ ਕਰ ਦਿਆ, ਤੋ ਡਿਸੰਬਰ 2020 ਤੱਕ। ਇਹ ਬਹੁਤ ਹੀ ਇੰਪੋਰਟੈਂਟ ਬੂਸਟ ਹੈ ਜੋ ਉਹਨਾਂ ਨੇ ਦਿਆ ਹੈ ਕਿ ਕੰਪਨੀਜ਼ ਕੋ, ਬਿਜ਼ਨੈਸਿਸ ਕੋ, ਕਿ ਉਹ ਇੰਪਲੋਈਜ਼ ਕੋ ਹਾਇਰ ਕਰਕੇ ਰੱਖੇ, ਤਾਂ ਕਿ ਮੋਟੀਵੇਟਿਡ ਰਹੇ ਕਿ ਉਹ ਆਪ ਉਹਨਕੋ ਕਾਮ ਪੇ ਬੁਲਾਏ, ਕਾਮ ਚਲਤਾ ਰਹੇਗਾ, 75% ਆਪਕੋ ਵੋ ਪੇ ਕਰੇਗੀ। ਇੱਕ ਹੀ ਕ੍ਰਾਈਟੀਰੀਆ ਉਹਨੇ ਕੰਸਿਡਰ ਕੀਆ ਕਿ ਆਪਕੀ ਰੈਵਨਿਊ 30% ਡਾਊਨ ਹੈ, 30% ਡਾਊਨ ਹੈ ਕੰਪੇਅਰ ਟੂ ਪ੍ਰੀਵੀਅਸ ਈਅਰ, ਜਾਂ ਤੋ ਜੈਨ ਔਰ ਫੈਬ ਕੀ ਐਵਰੇਜ ਸੇ। ਅਗਰ ਆਪ 30% ਡਾਊਨ ਹੋ ਤੋ ਆਪ ਐਲੀਜੀਬਲ ਹੋ, ਉਸਕੋ ਅਪਲਾਈ ਕਰ ਸਕਤੇ ਜੀ। ਐਂਡ 75% ਬਹੁਤ ਹਿਊਜ ਅਮਾਊਂਟ ਹੈ, ਕਿਉਂਕਿ ਅਗਰ ਆਪਕੀ ਕੋਈ ਵੀ ਇੰਪਲੋਈ ਕਾਸਟ ਅਗਰ $2,000 ਹੈ ਜਾਂ $3,000, ਅਗਰ 75% ਗਵਰਨਮੈਂਟ ਪੇ ਕਰ ਦੇਤੀ ਹੈ, ਤੋ 25% ਆਪਕਾ ਬਿਜ਼ਨਸ ਐਟ ਦਿਸ ਪੁਆਇੰਟ ਆਫ ਟਾਈਮ ਉਸਕੋ ਕਵਰ ਕਰ ਸਕਤਾ ਹੈ, ਔਰ ਤਾਂ ਕਿ ਇੰਪਲੋਈਜ਼ ਕਾਮ ਕਰ ਸਕੇ, ਕਿਉਂਕਿ ਅਬ ਉਹਨਾਂ ਨੇ ਡਿਸੰਬਰ ਤੱਕ ਐਕਸਟੈਂਡ ਕਰ ਦਿਆ ਹੈ। ਗੁੱਡ ਥਿੰਗ ਇਜ਼ ਉਹਨਾਂ ਨੇ 4 months ਕੀ ਔਰ ਐਕਸਟੈਂਡਡ ਦੀ ਹੈ ਬਿਜ਼ਨੈਸਿਸ ਕੋ, ਤਾਂ ਕਿ ਉਹ ਆਊਟ ਆਫ ਬਿਜ਼ਨਸ ਨਾ ਜਾਏ। ਇਹ ਸਪੋਰਟ ਉਨਕੇ ਲਈ ਕਿ ਬਹੁਤ ਸਾਰੇ ਬਿਜ਼ਨਸ ਆਊਟ ਆਫ ਬਿਜ਼ਨਸ ਜਾ ਰਹੇ, ਉਹ ਸ਼ਟ ਡਾਊਨ ਕਰ ਰਹੇ, ਕਿਤਨੇ ਬਿਜ਼ਨਸ ਬੰਦ ਹੋ ਗਏ, ਬਿਕੋਜ਼ ਓਬਵੀਅਸਲੀ ਉਹ ਰੈਂਟ ਕੋ ਨਹੀਂ ਸਪੋਰਟ ਕਰ ਸਕ ਰਹੇ ਹੋਗੇ ਔਰ ਇੰਪਲੋਈ ਕੋ ਨਹੀਂ ਸਪੋਰਟ ਕਰ ਸਕ ਰਹੇ ਹੋ। ਇਹ ਸਪੋਰਟ ਸੇ ਵੋ ਐਟਲੀਸਟ ਇੰਪਲੋਈ ਕੋ ਸਪੋਰਟ ਕਰ ਸਕਤੇ, ਜੋ ਇੰਪੋਰਟੈਂਟ ਕਾਸਟ ਹੈ ਇੱਕ ਬਿਜ਼ਨਸ ਕਾ, ਕਿਉਂਕਿ ਆਪ ਕੋਈ ਵੀ ਰੈਸਟੋਰੈਂਟ ਕੀ ਐਗਜ਼ਾਮਪਲ ਲੈ ਲੋ, ਕੋਈ ਆਏ ਜਾਂ ਨਾ ਆਏ, 2 ਜਾਂ 3 ਇੰਪਲੋਈਜ਼ ਆਨੇ ਹੋਤੇ ਰੈਡੀ ਹੋਤੇ ਵਹਾਂ ਪੇ, ਅਗਰ ਆਪ ਕੋਈ ਵਾਕਿਨ ਨਹੀਂ ਵੀ ਆਏਗਾ ਫਿਰ ਵੀ ਇੰਪਲੋਈਜ਼ ਕੋ ਤਾਂ ਪੈਸੇ ਦੇਣੇ, ਰਾਈਟ ਰਾਈਟ ਤੋ ਇਹ ਸੱਚ ਬਹੁਤ ਹੀ ਇੰਪੋਰਟੈਂਟ ਬੂਸਟ ਹੈ, ਤਾਂ ਕਿ ਬਿਜ਼ਨਸ ਸਰਵਾਈਵ ਕਰ ਜਾਏ, ਔਰ ਗਵਰਨਮੈਂਟ ਐਕਸਪੈਕਟ ਕਰ ਰਿਹਾ ਕਿ ਆਫਟਰ ਡਿਸੰਬਰ ਇਕਾਨਮੀ ਬੂਸਟ ਕਰੇਗੀ, ਤਾਂ ਕਿ ਤੱਕ ਡਿਸੰਬਰ ਤੱਕ ਉਹ ਸਰਵਾਈਵ ਕਰੇ, ਐਂਡ ਉਸਕੇ ਬਾਅਦ ਕੁਛ ਔਰ ਸਪੋਰਟ ਹੋਗਾ ਤੋ ਦੇ ਵਿਲ ਡੈਫੀਨੇਟਲੀ ਪ੍ਰੋਵਾਈਡ ਦੈਟ। ਓਕੇ, ਬਿਲਕੁਲ। ਤਾਂ ਇਹ ਮੋਰਗੇਜ ਜਿਹੜੀ ਹੈਗੀ ਵੇਜ ਸਬਸਿਡੀ ਦੀ ਗੱਲ ਹੋਈ ਹੈ, ਇਹਦੇ ਨਾਲ ਹੀ ਰੈਂਟ ਸਬਸਿਡੀ ਵੀ ਹੈਗੀ ਹੈ, ਕਿਉਂਕਿ ਰੈਂਟ ਸਬਸਿਡੀ ਦਾ ਕੀ ਹੈਗਾ ਇਹਦੇ ਵਿੱਚ? ਰੈਂਟ ਸਬਸਿਡੀ ਵੀ ਫੈਡਰਲ ਗਵਰਨਮੈਂਟ ਨੇ ਜੁਲਾਈ ਤੱਕ ਐਕਸਟੈਂਡ ਕਰ ਦਿਆ, ਪਹਿਲੇ ਅਪ੍ਰੈਲ ਟੂ ਜੂਨ ਥਾ, ਅਬ ਇੱਕ ਮੰਥ ਔਰ ਐਡੀਸ਼ਨ ਦੇ ਦੀਏ, ਜੋ ਅਪ੍ਰੈਲ ਟੂ ਜੂਨ ਕੇ ਲਈ ਕੁਆਲੀਫਾਈ ਹੋ ਗਏ ਥੇ, ਜੈਸੇ ਕਿ ਉਨਕੀ ਕ੍ਰਾਈਟੀਰੀਆ ਥੀ, ਥੋੜੀ ਕ੍ਰਾਈਟੀਰੀਆ ਥੋੜੀ ਡੀਪ ਥੀ ਕਿ 70% ਰੈਵਨਿਊ ਡਾਊਨ ਹੋਣਾ ਚਾਹੀਏ, ਅਗਰ 70% ਡਾਊਨ ਹੈ ਤੋ ਲੈਂਡਲੋਰਡ ਐਪਲੀਕੇਸ਼ਨ ਅਪਲਾਈ ਕਰ ਰਿਹਾ ਥਾ, ਐਪਲੀਕੇਸ਼ਨ ਕੇ ਬਾਅਦ ਅਪ੍ਰੈਲ ਮੇ ਜੂਨ ਕੀ ਕ੍ਰਾਈਟੀਰੀਆ ਅਪਲਾਈ ਹੋ ਗਈ ਥੀ, ਤੋ ਮਿਲ ਰਹੀ ਥੀ, ਉਹ ਐਕਸਟੈਂਡ ਜੁਲਾਈ ਕਰਦੀ ਹੈ। ਅਬ ਜੁਲਾਈ ਕੇ ਲਈ ਕੁਛ ਐਡੀਸ਼ਨਲ ਡਾਕੂਮੈਂਟ ਨਹੀਂ ਮੰਗਾ, ਇਹ ਵੀ ਇੱਕ ਅੱਛੀ ਬਾਤ ਹੈ, ਉਹਨਾਂ ਨੇ ਸਿਰਫ ਬੋਲਿਆ ਕਿ ਜੋ ਅਪ੍ਰੈਲ ਮੇ ਜੂਨ ਕੁਆਲੀਫਾਈ ਕਰੇ ਤੇ ਜੁਲਾਈ ਆਟੋਮੈਟਿਕਲੀ ਉਨਕੋ ਮਿਲ ਜਾਏਗਾ, ਤੋ ਇੱਕ ਮੰਥ ਐਡੀਸ਼ਨਲੀ ਵਿਦਾਊਟ, ਨਾ ਲੈਂਡਲੋਰਡ ਕੋ ਕੁਛ ਕਰਨੇ ਕੀ ਜ਼ਰੂਰਤ ਹੈ, ਨਾ ਟੈਨੈਂਟ ਕੋ ਪੇਪਰ ਸਾਈਨ ਕਰਨੇ ਕੀ ਜ਼ਰੂਰਤ ਹੈ, ਆਟੋਮੈਟਿਕਲੀ 1 month ਐਕਸਟੈਂਸ਼ਨ ਮਿਲ ਜਾਏਗਾ ਉਸਮੇ। ਜਬ ਉਹ ਐਪਲੀਕੇਸ਼ਨ ਡਾਲ ਰਹੇ ਥੇ, ਵੋ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿ ਜਬ ਲੈਂਡਲੋਰਡ ਐਪਲੀਕੇਸ਼ਨ ਡਾਲ ਰਹੇ, ਉਸਮੇ ਬਹੁਤ ਸਾਰੀ ਇਨਫੋਰਮੇਸ਼ਨ ਹੈ, ਬਹੁਤ ਸਾਰੀ ਐਪਲੀਕੇਸ਼ਨ ਆਪਕੋ ਟੈਨੈਂਟ ਸੇ ਸਾਈਨ ਕਰਾਨੀ ਹੈ, 4-5 ਐਪਲੀਕੇਸ਼ਨ ਟੈਨੈਂਟ ਸੇ ਸਾਈਨ ਕਰਾਨੀ ਹੈ, ਲੈਂਡਲੋਰਡ ਕੋ ਆਪਣੇ ਡਾਕੂਮੈਂਟਸ ਅਪਲੋਡ ਕਰਨੇ, ਕੋਈ ਵੀ ਡਾਕੂਮੈਂਟਸ ਅਗਰ ਮੈਚ ਨਹੀਂ ਕਰੇਗੇ ਤਾਂ ਉਹ ਡਿਕਲਾਈਨ ਹੋ ਜਾਏਗਾ, ਉਹ ਦੁਬਾਰਾ ਅਪਲਾਈ ਕਰਨਾ ਪਵੇਗਾ, ਡੀਲੇ ਹੋਗਾ ਬੇਸਿਕਲੀ। ਐਸਾ ਉਹ ਨਹੀਂ ਬੋਲਤੇ ਕਿ ਉਹ ਦੇਂਗੇ ਨਹੀਂ, ਕੁਛ ਰੋਂਗ ਹੈ ਤੋ ਯੂ ਹੈਵ ਟੂ ਰੀਅਪਲਾਈ, ਬਟ ਉਹ ਟਾਈਮ ਕੰਜ਼ਿਊਮਿੰਗ ਹੈ, ਤੋ ਇਸਕੇ ਲੀਏ ਵੀ ਜਬ ਵੀ ਆਪ ਐਪਲੀਕੇਸ਼ਨ ਅਪਲਾਈ ਕਰੇ, ਕੰਸਲਟ ਕਰੇ ਕਿ ਇਹ ਡਾਕੂਮੈਂਟ ਰਾਈਟ ਹੈ, ਮੇਰਾ ਟੈਨੈਂਟ ਐਲੀਜੀਬਲ ਹੈ ਵੀ ਕਿ ਨਹੀਂ ਹੈ, ਕਿਉਂਕਿ ਆਪ ਅਪਲਾਈ ਕਰ ਦੋਗੇ ਅਭੀ ਤੋ 70% ਆਪਕੋ ਮਿਲ ਜਾਏਗਾ, ਆਪਕੋ ਗਵਰਨਮੈਂਟ ਨੇ 50% ਆਪਕੋ ਦੇ ਦਿਆ ਫੋਰ ਦ ਰੈਂਟ ਸਬਸਿਡੀ, ਬਟ ਆਪਨੇ ਆਪਣੇ ਟੈਨੈਂਟ ਕੋ ਦੇ ਦਿਆ, ਬਟ ਅਗਰ ਟੈਨੈਂਟ ਐਲੀਜੀਬਲ ਹੀ ਨਹੀਂ ਥਾ ਤੋ ਆਗੇ ਜਾ ਕੇ ਇਹ ਪ੍ਰੋਬਲਮ ਆਨੇ ਵਾਲੀ ਹੈ ਫਿਰ। ਟੈਨੈਂਟ ਵੀ ਐਲੀਜੀਬਲ ਹੋਣਾ ਜ਼ਰੂਰੀ, ਟੈਨੈਂਟ ਹੀ ਐਲੀਜੀਬਲ ਹੋਣਾ ਚਾਹੀਏ ਸਭ ਤੋਂ ਪਹਿਲੇ ਤੋਂ, ਟੈਨੈਂਟ ਕੀ ਜੋ ਐਲੀਜੀਬਿਲਿਟੀ ਹੈ ਉਹ 70% ਰੈਵਨਿਊ ਡਾਊਨ ਹੋਣਾ ਚਾਹੀਏ, ਕਿਉਂਕਿ ਮੋਸਟਲੀ ਟੈਨੈਂਟਸ ਵੱਲੋਂ ਕਿਹਾ ਗਿਆ ਹੈ ਨਾ ਵੀ ਜੇ ਸਾਨੂੰ ਜੇ ਵੀ ਤੁਹਾਨੂੰ ਗਵਰਨਮੈਂਟ ਤੋਂ ਮਿਲਦੀ ਪਈ ਹੈ ਨਾ, ਤੁਸੀਂ ਉਹ ਸਬਸਿਡੀ ਅਸੀਂ ਰੈਂਟ ਨਹੀਂ ਦੇਵਾਂਗੇ, ਤਾਂ ਇਹ ਚੀਜ਼ਾਂ ਕਾਫੀ ਫੇਸ ਦੇ ਵਿੱਚ ਕਰਨ ਦੇ ਵਿੱਚ ਆਈਆਂ ਨੇ ਵੀ ਲੋਕੀ ਕਹਿੰਦੇ ਨੇ ਵੀ ਅਸੀਂ ਰੈਂਟ ਨਹੀਂ ਦੇ ਸਕਦੇ, ਵੀ ਅਸੀਂ 2 ਮਹੀਨੇ ਬਾਅਦ ਦੇਵਾਂਗੇ, ਕਈਆਂ ਨੇ ਮਨਾ ਹੀ ਕਰਤਾ ਵੀ ਅਸੀਂ ਰੈਂਟ ਨਹੀਂ ਦੇ ਸਕਦੇ, ਫਿਰ ਉਸ ਕੰਡੀਸ਼ਨ ਦੇ ਵਿੱਚ ਲੈਂਡਲੋਰਡ ਕੀ ਕਰੇ? ਜੀ ਐਸੀ ਕੋਈ ਵੀ ਮੈਂਡੇਟਰੀ ਨਹੀਂ ਹੈ ਕਿ ਲੈਂਡਲੋਰਡ ਉਸਕੋ ਸਬਸਿਡੀ ਦੇਣੀ ਪੜੇਗੀ, ਕਿਆ
टेनेंट को. सिंपल यही है, अगर वो क्वालिफाई करेगा उसे 50% मिलते हैं तो 25% उनकी तरफ से एग्जेम्पशन है, 25% पे करेंगे जो टेनेंट है. बट अगर वो क्वालिफाई नहीं कर रहे और अगर उनको पैसे मिल ही नहीं रहे गवर्नमेंट से, क्योंकि टेनेंट एप्लीकेबल, अगर टेनेंट की 70% डिक्लाइन ही नहीं है रेवेन्यू में, तो आप तो लैंडलॉर्ड को तो सब्सिडी मिलेगी नहीं, और लैंडलॉर्ड को अगर सब्सिडी नहीं मिलेगी तो कैसे वेव ऑफ दे. यस, आपका कहना सही है कि लैंडलॉर्ड्स ये जरूर कर रहे हैं आपकी पेमेंट को डेफर कर दे रहे हैं. वो ये कर रहे हैं कि ये जो 3 महीने की पेमेंट है वो ओवर द पीरियड ऑफ, कोई 1 साल लेगा, कोई 2 लेगा, और अगर किसी की लीज 5 ईयर की टर्म है तो उसको डिवाइड कर दे रहे हैं 5 ईयर्स में, हम आपकी मंथली पेमेंट बढ़ा देंगे फॉर द नेक्स्ट 4 ईयर्स, 4.5 ईयर्स आप उस पे कर दे रहे. ये एक बहुत बड़ा सपोर्ट है कि अभी ये 3-4 महीने जब बिजनेसेस बंद रहे हैं, पैसे आए नहीं है, ऑब्वियसली एज अ ओनर, एज अ बिजनेस ओनर बहुत मुश्किल है वो रेंट पे करना. बट लैंडलॉर्ड अगर आपको इस तरीके से सपोर्ट कर रहा है कि वो बोलता है बाद में आप पे कर दो, हम डेफर करेंगे, वो भी एक बहुत इंपॉर्टेंट सपोर्ट जी. क्योंकि दोस्तों कोविड ने हर एक बिजनेस नू, तकरीबन कुछ एम्प्लॉयर्स नू, एम्प्लॉयज नू बड़ा ज्यादा इफेक्ट किया. किसी का बिजनेस हाँ चल भी रहा है, सारे दे बिजनेस नहीं बंद हुए ने, लेकिन वह कई लोगों ने गलत फायदा भी उठाया है. गवर्नमेंट जी हैगी है, कैनेडियन गवर्नमेंट या प्रोविंशियल गवर्नमेंट्स ने जी है बहुत ज्यादा सबसिडीज न जिहड़ा हैगा दिता हैगा, बहुत ज्यादा जिहड़ी हैल्प कीती है, फाइनैंशियल हैल्प कीती है. कई लोगों ने जिहड़ा हैगा जिहड़े कि एक एलीजिबल है ने, उन्होंने जरूर जिहड़ा हैगा अप्लाई किया. जिहड़े नॉन एलीजिबल ने उन्होंने किते ना किते यह जरूर सोचना चाहिए कि अगर वो एलीजिबल नहीं ने तो उन्होंने अप्लाई नहीं करना चाहिए, क्योंकि वो नॉन एलीजिबल करके जिहड़े लोग एलीजिबल है ने उन्होंने किते ना किते दिक्कत भी आ सकती है. इस करके इनू कई दफा असी जिवें सानू प्रोपर नॉलेज नहीं होंदे असी अप्लाई कर लैंदे हां, ये गलती नाल भी कईयां ने किया हैगा. यह जरूरी नहीं है कि हर एक बंदे ने इंटेंशनली किया हो. जेकर थानू लगता भी मैं एलीजिबल है या नहीं है, डाइसी हो तुसी, थानू कन्फ्यूजन है भी की मैं एलीजिबल है या नहीं है, उहदे लिए तुसी है ना किसी अकाउंटेंट दे नाल जरूर डिटेल दे नाल जानकारी लै सकते हो, डिटेल दे नाल गलबात कर सकते हो. उहदे लिए तुसी लवी गडवानी जी का नंबर नोट कर लो. इस दे नाल की है थानू एक पता लग जाएगा, क्योंकि कल नूं वड्डा नुकसान होने तो बैटर हैगा भी जेकर तुसी एलीजिबल नहीं सी, इस टाइम तुसी वापस भी कर सकते हो, रिफंड भी कर सकते हो, क्योंकि गवर्नमेंट ने हर एक जगह वो लिंक सेंड किए ने भी. अगर थोड़ा लगता भी तुसी गलती नाल अप्लाई कर लिया होया सी, तुसी एलीजिबल नहीं सी, तां तुसी ये अमाउंट नूं एज इट इज वापस भी कर सकते हो. तो दोस्तों किसी भी हुई है भी गल जो असं जल्दबाजी के मैं लगता है हर एक बंद ने अपलाई किया होना, लेकिन इनकेस थोड़ा लगता है तुसी थोड़ा जा डाइसी हो तो थोड़ा एक एक्सपर्ट तो इनफॉर्मेशन जरूर ले लेनी चाहिए है. ये शो नूं तुसी रेगुलर है ना लगातार तुसी फेसबुक ते देख सकते हो, साडे शो अपने दोस्त मित्र रिश्तेदारां तक सेंड कर सकते हो ताकि उन्होंने पता लग सके कि हाँ अगर कैनेडियन गवर्नमेंट कुछ तुहानू हैल्प कर रही है, जिहड़े एलीजिबल है ने उन्होंने हैल्प हो रही है. अगर तुसी गलती नाल किते ना किते एक स्टैप चुक लिया या तुहानू नॉलेज नहीं सीगी, उहनू तुसी अपने आप नूं सुधार सकते हो, चेंज कर सकते हो. साडी यही उम्मीद हैगी है कि तुहानू किते ना किते असीं इनफॉर्मेशन दे सकीए कि तुसी हर एक तरह हर एक टॉपिक दे उत्ते गलबात कर सके. साडे इन्हां शोज़ नूं तुसी यूट्यूब ते फेसबुक ते UNNY हनी वालिया शोज़ नूं तुसी सबसक्राइब करो ताकि रोजाना थानू असी डेली अपडेट कर सके, थानू पता लग जाए भी साडे शोज़ तुहाडे रूबरू आ रहे हैं. तो लवी जी एक आपां गल करदे हां ना जिवें सर्विसिज़ की गल करते हैं, अज की गल करिए आपां एक हुण रिटर्न्स की गल करते हैं हुण, क्योंकि मैं लगता कि टैक्स भराण दे विच भी कोई ना कोई एक्सटेंशन हुई सीगी, जिन्हां ने लास्ट ईयर का टैक्स नहीं भरिया या कई की इनकम्स दे विच उपर थले होया तो उन्होंने लिए हुण टैक्स डेट चल रही है अजे कि फिनिश हो गई है जी. पर्सनल टैक्स की फाइलिंग June 30 तक थी जी. कॉर्पोरेट टैक्स फाइलिंग उन्होंने एक्सटेंड करके रखी है, जिनकी 6 मंथ्स थी तो उन्होंने कहा है कि 1 सितंबर तक आप पेमेंट्स भी कर सकते हो GST की और कॉर्पोरेट टैक्सेस की विदाउट एनी पेनल्टी एंड इंटरेस्ट, यानी कि 2 महीने की एक्सटेंशन उन्होंने और दी है कि वो पेनल्टी और इंटरेस्ट नहीं चार्ज करेंगे इस पीरियड के लिए. आप 1 तक उसकी पेमेंट कर सकते हो, ताकि ये ब्रेक है. अगर पर्सनल टैक्सेस भी किसी की फाइलिंग नहीं हुई है June 30 तक, उसके बाद भी अगर वो फाइल करेंगे तो वो पेनल्टीज और इंटरेस्ट नहीं चार्ज कर रहे, ओनली टिल September 1, उसके बाद पेनल्टीज भी चार्ज होगी, इंटरेस्ट भी चार्ज होगा. अंटिल अनलेस अगर वो एक्सटेंड कर देते तो अलग बात है, बट वहां तक एक्सटेंड नहीं होगा बिकॉज इनफ टाइम दिया गया है. जो April 30 था उसको June 30 कर दिया गया, 2 महीने वहां मिल गए. उसके अलावा उन्होंने ये भी कहा कि आप 2 महीने और अगर पेमेंट दिया गया पेमेंट करने के लिए, वरना पेमेंट April 30 तक करना होता है, बेसिकली 4 मंथ्स का विंडो मिला है पेमेंट करने के लिए विदाउट एनी पेनल्टीज एंड इंटरेस्ट. सो उस 1 सितंबर से पहले सारे पेमेंट्स हो जाने चाहिए, वरना फिर आपको इंटरेस्ट चार्ज होगा. राइट, मैसेज के तौर पर है ना कुछ या थोड़ी सर्विसेज की एज ए अकाउंटेंट तुसी होर इस तो अलावा होर कड़ी कड़ी खास स्पेशल सर्विसेज है ने थोड़ी? बिल्कुल जी,
अकाउंटिंग फर्म में हम बुककीपिंग सर्विसेज प्रोवाइड करते हैं, जीएसटी फाइलिंग करते हैं, पेरोल सर्विसेज हैं, सीआरए कंप्लायंसेस ऑडिट्स होती हैं उनको हैंडल करते हैं, सर्विस कनाडा की कंप्लायंसेस होते हैं वो हैंडल करते हैं, उसके अलावा पर्सनल टैक्सेस, कॉर्पोरेट टैक्सेस एंड बिजनेस फाइनेंसिंग में हेल्प करते हैं, स्मॉल बिजनेस लोन्स है लोगों को उसमें इन्फॉर्मेशन चाहिए होती है वी हेल्प द अमाउंट की हम उसको हेल्प करते हैं कि कैसे अप्लाई करना है कैसे सारे प्रोसेस में हेल्प कर देते हैं एंड रिस्पेक्टिव सीआरए से कोई भी कंसल्टेशन होती है हम खुद करते हैं ऑन बिहाफ ऑफ क्लाइंट ताकि वो क्लाइंट की पूरा प्रोसेस ईजी हो जाए बिकॉज समटाइम्स क्लाइंट को पता नहीं होता है किस कितना क्या बोलना है नहीं बोलना है सीआरए के क्वेश्चन कभी कभी ट्रिकी हो जाते हैं अगेन वो बिजनेस ओनर है उनको पूरी नॉलेज है बट वी प्रेफर कि हम डील करते हैं सीआरए से ताकि उनकी लाइफ ईजी हो जाए तो सीआरए डीलिंग्स भी हम करते हैं और जैसे मैंने कहा ऑडिट्स हो गया कंप्लायंस हो गया हम सब हैंडल करते हैं राइट बहुत बहुत थैंक्स थोड़ा लवी जी तुम अपना जरा टाइम दिता दोस्तों इस तरह अं लवी जी बुलाते रहेंगे इस शो के दौरान थोड़े रूबरू करते रहेंगे टैक्स के प्रति अकाउंटिंग के प्रति किसी भी तरह के सवाल है डायरैक्टली इन्हों कॉन्टैक्ट कर सकते हो उन्होंने कॉन्टैक्ट डिटेल्स नोट कर लो या इन शोज़ में तुम बार बार देख सकते हो सुन सकते हो समझ सकते हो तो कि थोड़ा किसी भी तरह की जी है कोई क्वेरी हैगी क्वेश्चन है उठता है तो तुम इस शो तो थोड़ा नॉलेज मिल जाए इस अलावा इन्हों डायरैक्टली कॉन्टैक्ट भी कर सकते हो अज का सफर इन्नी खत्म करते हैं हूँ कल इस समय इस चैनल पर फिर हाजिर होवांगा तुहानूं जानकारी देवांगे असीं अलग अलग टॉपिक्स उत्ते गलबात करदे हां हुण अपने हनी वाले नूं इजाजत सत श्री अकाल।